ਸਕੂਲ ਦੀ ਬੱਸ ਹੇਠਾਂ ਆਇਆ 3 ਸਾਲ ਦਾ ਮਾਸੂਮ ਬੱਚਾ। ਸਕੂਲੀ ਬੱਚਿਆਂ ਨੂੰ ਲੈਣ ਪਹੁੰਚੀ ਸੀ ਬੱਸ, ਖੇਡ ਰਿਹਾ ਸੀ 3 ਸਾਲ ਦਾ ਮਾਸੂਮ ਬੱਚਾ। ਡਰਾਈਵਰ ਨੇ ਬੱਚੇ ਤੇ ਚੜਾ ਦਿੱਤੀ ਸਕੂਲ ਦੀ ਬੱਸ। ਬੱਚੇ ਦੇ ਸਿਰ ਉੱਪਰ ਦੀ ਲੰਘ ਗਿਆ ਬੱਸ ਦਾ ਟਾਇਰ। ਮੌਕੇ ਤੇ ਹੀ 3 ਸਾਲ ਦੇ ਮਾਸੂਮ ਬੱਚੇ ਦੀ ਹੋ ਗਈ ਮੌਤ। ਤਾਂ ਦੱਸ ਦਈਏ ਕਿ ਇੱਕ ਦਰਦਨਾਕ ਹਾਦਸਾ ਵਾਪਰਿਆ ਜਿਸ ਦੇ ਵਿੱਚ ਇੱਕ 3 ਸਾਲ ਦੇ ਬੱਚੇ ਉੱਤੇ ਸਕੂਲ ਦੀ ਬੱਸ ਚੜ ਜਾਂਦੀ ਹੈ, ਜਿਸ ਕਾਰਨ ਉਸਦੀ ਮੌਕੇ ਤੇ ਹੀ ਮੌਤ ਹੋ ਜਾਂਦੀ ਹੈ। ਤੁਹਾਨੂੰ ਦੱਸ ਦਈਏ ਕਿ ਲਹਿਰਾ ਗਾਗਾ ਦੇ ਨਜ਼ਦੀਕੀ ਪਿੰਡ ਖੰਡੇਵਾਲ ਤੋਂ ਇਹ ਘਟਨਾ ਸਾਹਮਣੇ ਆਈ ਹੈ, ਜਿੱਥੇ ਪ੍ਰਾਈਵੇਟ ਸਕੂਲ ਦੀ ਵੈਨ ਦੇ ਹੇਠਾਂ ਆਉਣ ਦੇ ਨਾਲ 3 ਸਾਲ ਦੇ ਮਾਸੂਮ ਬੱਚੇ ਦੀ ਮੌਤ ਹੋ ਜਾਂਦੀ ਹੈ। ਤਾਂ ਆਪਣੀ ਲੜਕੀ ਨੂੰ ਸਵੇਰੇ ਸਕੂਲ ਲਈ ਬੱਸ ਚੜ੍ਹਾਉਣ ਲਈ ਛੋਟੇ ਬੱਚੇ ਨੂੰ ਲੈ ਕੇ ਆਈ ਸੀ ਉਸਦੀ ਮਾਂ। ਤਾਂ ਬੱਚਾ ਖੇਡਦਾ ਖੇਡਦਾ ਬੱਸ ਦੇ ਨੀਚੇ ਆ ਗਿਆ ਤੇ ਡਰਾਈਵਰ ਨੇ ਲਾਪਰਵਾਹੀ ਕਰਦਿਆਂ ਬੱਚੇ ਦੇ ਉੱਪਰ ਹੀ ਬੱਸ ਚੜ੍ਹਾ ਦਿੱਤੀ, ਜਿਸ ਤੋਂ ਬਾਅਦ ਬੱਚੇ ਦੀ ਮੌਤ ਹੋ ਜਾਂਦੀ ਹੈ ਤੇ ਪੂਰੇ ਪਿੰਡ ਦੇ ਵਿੱਚ ਸੋਗ ਦੀ ਲਹਿਰ ਹੈ। ਤਾਂ ਤੁਹਾਨੂੰ ਦੱਸ ਦਈਏ ਕਿ ਬੱਚੇ ਦੇ ਸਿਰ ਉੱਪਰ ਦੀ ਬੱਸ ਲੰਘ ਜਾਂਦੀ ਹੈ, ਜਿਸ ਕਾਰਨ ਉਸਦੀ ਮੌਕੇ ਤੇ ਹੀ ਮੌਤ ਹੋ ਜਾਂਦੀ ਹੈ, ਜਿਸ ਤੋਂ ਬਾਅਦ ਪੁਲਿਸ ਦੇ ਵੱਲੋਂ ਉਸ ਡਰਾਈਵਰ ਨੂੰ ਗ੍ਰਿਫਤਾਰ ਕਰਕੇ ਮਾਮਲਾ ਦਰਜ ਕਰ ਲਿਆ ਗਿਆ। ਤਾਂ ਦੱਸ ਦਈਏ ਕਿ ਪਿੰਡ ਖੰਡੇਵਾਲ ਦੇ ਬੱਚੇ ਦੀ ਮਾਤਾ ਆਪਣੇ ਦੂਜੀ ਬੇਟੀ ਨੂੰ ਸਕੂਲ ਵੈਨ ਦੇ ਵਿੱਚ ਚੜ੍ਹਾਉਣ ਆਈ ਸੀ। ਤਾਂ 3 ਸਾਲਾਂ ਦਾ ਇਹ ਬੱਚਾ ਸੀ ਜਿਹੜਾ ਬੱਸ ਦੇ ਹੇਠਾਂ ਆ ਜਾਂਦਾ ਤੇ ਬੱਸ ਦਾ ਜਿਹੜਾ ਡਰਾਈਵਰ ਹੈ ਉਹ ਅੱਗੇ ਨਹੀਂ ਵੇਖਦਾ ਤੇ ਬੱਚੇ ਦੇ ਉੱਤੇ ਬੱਸ ਚੜ੍ਹਾ ਦਿੰਦਾ। ਹਾਲਾਂਕਿ ਮਹਿਲਾ ਦੇ ਵੱਲੋਂ ਕਿਹਾ ਜਾਂਦਾ ਹੈ ਕਿ ਉਸ ਨੂੰ ਰੋਕਣ ਦੀ ਵੀ ਕੋਸ਼ਿਸ਼ ਕੀਤੀ ਜਾਂਦੀ ਹੈ, ਪਰ ਉਹ ਬੱਸ ਚੜ੍ਹਾ ਦਿੰਦਾ, ਜਿਸ ਤੋਂ ਬਾਅਦ ਇਸ ਬੱਚੇ ਦੀ ਮੌਤ ਹੋ ਜਾਂਦੀ ਹੈ ਤੇ ਪੋਸਟਮਾਰਟਮ ਕਰਵਾਉਣ ਤੋਂ ਬਾਅਦ ਬੱਚੇ ਦੀ ਮ੍ਰਿਤਕ ਦੇਹ ਨੂੰ ਉਹਨਾਂ ਦੇ ਪਰਿਵਾਰ ਨੂੰ ਸੌਂਪ ਦਿੱਤਾ ਜਾਂਦਾ ਹੈ। ਤਾਂ ਤੁਹਾਨੂੰ ਦੱਸ ਦਈਏ ਕਿ ਬੜੀ ਹੀ ਦਰਦਨਾਕ ਬੱਚੇ ਦੀ ਮੌਤ ਹੋਈ ਹੈ, ਜਿੱਥੇ ਇੱਕ ਸਕੂਲ ਵੈਨ ਦੇ ਨੀਚੇ ਇਹ ਬੱਚਾ ਆ ਜਾਂਦਾ ਹੈ ਤੇ ਸਿਰ ਉੱਪਰ ਦੀ ਬੱਸ ਲੰਘ ਜਾਂਦੀ ਹੈ ਤੇ ਉਸਦੀ ਮੌਕੇ 'ਤੇ ਹੀ ਮੌਤ ਹੋ ਜਾਂਦੀ ਹੈ। ਮੇਰੀ ਭਰਜਾਈ ਮੇਰੇ ਭਤੀਜੀ ਨੂੰ ਚੜ੍ਹਾ ਰਹੀ ਸੀ ਅਤੇ ਭਤੀਜਾ ਨਾਲ ਚਲਿਆ ਗਿਆ ਅਤੇ ਮੈਂ ਗੇਟ 'ਚ ਖੜ੍ਹੀ ਸੀ ਮੁੰਡੇ ਦੇ ਨਾਲ ਅਤੇ ਭਤੀਜੀ ਨੂੰ ਚੜ੍ਹਾ ਕੇ ਵਾਪਸ ਆਉਣ ਲੱਗੀ। ਵੈਨ ਅੱਗੇ ਬੱਚਾ ਖੇਡ ਰਿਹਾ ਸੀ ਇੱਧਰ ਅਤੇ ਬੱਚੇ ਵੈਨ ਵਾਲੇ ਨੇ ਵੈਨ ਚਲਾਤੀ, ਰੌਲਾ ਵੀ ਪਾਇਆ ਵੀ ਰੋਕ ਲਓ ਰੋਕ ਲਓ, ਰੋਕੀ ਨਹੀਂ ਅਤੇ ਇਹਦੇ ਕਾਰਨ ਆ ਕੇ ਉਹਦੀ ਡੈਥ ਹੋ ਗਈ। ਕਿੰਨੇ ਕੁ ਸਾਲ ਦਾ ਬੱਚਾ? 3 ਸਾਲ ਦਾ। ਬੱਚਾ ਪੜ੍ਹਦਾ ਸੀ ਜਾਂ ਮਤਲਬ ਖੇਡ? ਨਹੀਂ, 3 ਸਾਲ ਦਾ ਸੀ, ਖੇਡ ਰਿਹਾ ਸੀ। ਖੇਡ ਰਿਹਾ ਸੀ? ਹਾਂਜੀ, ਭਤੀਜੀ ਪੜ੍ਹਦੀ ਸੀ। ਕਿਹੜੀ ਸਕੂਲ ਦੀ ਵੈਨ ਸੀ? ਆ ਜੀ 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 ਐਸ। ਕਾਰਵਾਈ ਕਰੀ ਜਾਵੇ, ਕਾਨੂੰਨੀ ਕਾਰਵਾਈ ਕਰੀ ਜਾਵੇ, ਇਨਸਾਫ ਮਿਲੇ ਮੇਰੇ ਭਤੀਜੇ ਨੂੰ, ਕੋਈ ਮਾਸੂਮ ਹੈ। ਕੀ ਨਾਮ ਹੈ ਸਰ? ਮੇਰਾ ਨਾਮ ਬਿੱਲੂ ਹੈ ਜੀ। ਬਿੱਲੂ, ਕੀ ਹਾਦਸਾ ਹੋਇਆ ਪਿੰਡ ਖੰਡੇਵਾਲ? ਆਪਣੇ ਖੰਡੇਵਾਲ ਜੀ ਸਕੂਲ ਦੀ ਵੈਨ ਦੀ ਵੈਨ ਦੇ ਹੇਠਾਂ ਨੀਚੇ ਆ ਗਿਆ ਬੱਚਾ ਜੀ ਤੁਹਾਡਾ, ਅਤੇ ਸਵੇਰੇ ਸਵੇਰੇ ਅਤੇ ਜੀ ਜੀ ਐਸ ਸਕੂਲ ਦੀ ਵੈਨ ਦੀ ਉਹ, ਅਤੇ ਉਸ ਤੋਂ ਬਾਅਦ ਦੇ ਵਿੱਚ ਬਸ ਬੱਚੇ ਦੀ ਡੈਥ ਹੋ ਗਈ ਜੀ। ਕੀ ਕਹਿਣਾ ਚਾਹੋਗੇ ਵੀ ਜਿਹੜੇ ਸਕੂਲ ਦੇ ਵੈਨ ਦੇ ਵਿੱਚ ਇਹ ਹਾਦਸਾ ਵਾਪਰਿਆ, ਕੀ ਉਹਦੇ ਵਿੱਚ ਕੰਡਕਟਰ ਜਾਂ ਕੋਈ ਹੋਰ ਹੈਗੇ ਸੀਗੇ? ਕੰਡਕਟਰ ਕੋਈ ਰੱਖਦੇ ਨਹੀਂ ਜੀ, ਇਕੱਲਾ ਡਰਾਈਵਰ ਦੀ ਜੀ, ਇਹਨਾਂ ਨੂੰ ਰੱਖਣਾ ਚਾਹੀਦਾ। ਕੋਈ ਤੇਜ਼ ਵੀ ਬਹੁਤ ਆਉਂਦੀਆਂ ਨੇ ਜੀ, ਵੈਨਾਂ ਬਹੁਤ ਤੇਜ਼ ਆਉਂਦੀਆਂ ਨੇ ਜੀ, ਨਾ ਦੇਖਣੇ ਅਣਗਹਿਲੀ ਹੋਈ ਜੀ। ਕਿਸ ਤਰ੍ਹਾਂ ਦੀ ਮੰਗ ਕਰਦੇ ਜੀ? ਮੰਗ ਤਾਂ ਬਸ ਜਿਹੜੀ ਪਰਿਵਾਰ ਵੱਲੋਂ ਹੋਣੀ ਚਾਹੀਦੀ ਜੀ। ਕੀ ਨਾਮ ਹੈ ਤੁਹਾਡਾ? ਡਾਕਟਰ ਰਾਜਨ ਜਿੰਦਲ। ਡਾਕਟਰ ਸਾਹਿਬ, ਅੱਜ ਕੀ ਮਾਮਲਾ ਸਾਹਮਣੇ ਆਇਆ? ਅੱਜ ਆਪਣੇ ਕੋਲ ਇੱਕ 3 ਸਾਲ ਦੇ ਬੱਚੇ ਦੀ ਐਕਸੀਡੈਂਟ ਹੋਣ ਕਰਕੇ ਮ੍ਰਿਤਿਉ ਹੋ ਗਈ। ਜਸਕਿਰਤ ਨਾਮ ਦਾ ਬੱਚਾ ਸੀ 3 ਸਾਲ ਦਾ, ਸਿਰ 'ਤੇ ਸੱਟ ਲੱਗਣ ਕਰਕੇ ਬੱਚਾ ਮ੍ਰਿਤਕ ਹਾਲਤ ਹਸਪਤਾਲ ਆਇਆ ਆਪਣੇ ਕੋਲ, ਅਤੇ ਹੁਣ ਆਪਾਂ ਬੱਚੇ ਨੂੰ ਥਾਣੇ ਰੁਕਾ ਭੇਜਤਾ ਅਤੇ ਮੂਣਕ ਜਾ ਰਹੀ ਬੱਚੇ ਦੀ ਲਾਸ਼ ਪੋਸਟਮਾਰਟਮ ਲਈ।
ਸਰ ਹਾਦਸਾ ਕਿਸ ਤਰ੍ਹਾਂ ਹੋਇਆ ਦੱਸਿਆ ਹੋਵੇ ਨਾ? ਇਹ ਸਕੂਲ ਵੈਨ ਦੇ ਵਿੱਚ ਵੱਜਣ ਕਰਕੇ ਦੱਸਿਆ ਜਾ ਰਿਹਾ ਬੱਚੇ ਦੀ ਹਾਲਤ। ਸਰ ਅੱਜ ਕੋਈ ਹਾਦਸਾ ਹੋਇਆ ਉਹਦਾ ਕੀ ਜਾਣਕਾਰੀ ਪ੍ਰੋਪਰ ਜਾਣਕਾਰੀ? ਹਾਂਜੀ, ਸਾਨੂੰ ਅੱਜ ਹਸਪਤਾਲ ਸਰਕਾਰੀ ਹਸਪਤਾਲ 'ਚੋਂ ਮੈਸੇਜ ਆਇਆ ਸੀਗਾ ਕਿ 3 ਸਾਲ ਦਾ ਬੱਚਾ ਜਿਹੜਾ ਬਰਾਊਨ ਡੈਡ, ਇੱਥੇ ਉਹਦੀ ਡੈਡ ਬੋਡੀ ਆਈ ਹੈ। ਅਤੇ ਉਹਦੇ ਸੰਬੰਧ 'ਚ ਪੜਤਾਲ ਕੀਤੀ ਤਾਂ ਪਤਾ ਲੱਗਿਆ ਕਿ ਸਵੇਰੇ 8 ਵਜੇ ਅੱਜ ਗੁਰੂ ਗੋਬਿੰਦ ਸਿੰਘ ਇੰਟਰਨੈਸ਼ਨਲ ਸਕੂਲ ਹੈ ਜਲੂਰ, ਉੱਥੋਂ ਸਕੂਲ ਦੇ ਬੱਚਿਆਂ ਲੈਣ ਲਈ ਪਿੰਡਾਂ 'ਚ ਬੱਸਾਂ ਆਉਂਦੀਆਂ ਨੇ, ਪਿੰਡ ਖੰਡੇਬਾਦ ਬੱਸ ਆਈ ਸੀ ਬੱਚਿਆਂ ਲੈਣ ਲਈ। ਤਾਂ ਧਰਮਿੰਦਰਗਿਰ ਦੇ ਇੱਕ ਬੇਟੀ ਹੈ, ਉਹ ਉਹਨਾਂ ਨੇ ਚੜ੍ਹਾ ਤੀ ਉਹਦੀ ਧਰਮਿੰਦਰ ਦੀ ਪਤਨੀ ਗੁਰਮੀਤ ਕੌਰ ਨੇ। ਅਤੇ ਉੱਥੇ ਉਹਦਾ ਬੇਟਾ ਗਲੀ 'ਚ ਖੇਡ ਰਿਹਾ ਸੀਗਾ, 3 ਸਾਲ ਦਾ ਬੱਚਾ। ਅਤੇ ਬੱਸ ਡਰਾਈਵਰ ਭੋਲਾ ਸਿੰਘ ਅੜਕਵਾਲ ਦਾ, ਉਹਨੇ ਧਿਆਨ ਨਹੀਂ ਦਿੱਤਾ, ਅਣਗਹਿਲੀ ਨਾਲ ਗੱਡੀ ਚਲਾ ਲਈ ਅਤੇ ਉਹ ਬੱਚੇ ਦੇ ਉੱਪਰ ਬੱਸ ਚੜ੍ਹ ਗਈ, ਜਿਹਦੇ ਨਾਲ ਉਹਦੀ ਮੌਕੇ 'ਤੇ ਮੌਤ ਹੋ ਗਈ ਹੈ। ਸਰ ਹੁਣ ਕਿਸ ਤਰ੍ਹਾਂ ਦੀ ਕਾਰਵਾਈ ਕੀਤੀ ਹੈ, ਬੱਚੇ ਦੀ ਡੈਡ ਬੋਡੀ ਕਿੱਥੇ ਹੈ ਅਤੇ ਕੀ ਧਾਰਾ ਲੱਗੀ? ਹਾਂਜੀ, ਡੈਡ ਬੋਡੀ ਅਸੀਂ ਕੇਸ ਦਰਜ ਕਰ ਲਿਆ ਅਤੇ ਡਰਾਈਵਰ ਦੇ ਖਿਲਾਫ਼ ਡੈਡ ਬੋਡੀ ਮੂਣਕ ਪਹੁੰਚਾ ਦਿੱਤੀ ਹੈ ਅਤੇ ਉੱਥੇ ਉਹਨਾਂ ਦਾ ਪੋਸਟਮਾਰਟਮ ਕਰਵਾਇਆ ਜਾ ਰਿਹਾ ਹੈ। ਧਾਰਾ ਕਿਹੜੀ? ਇਹ ਧਾਰਾ 287-304 IPC ਤਹਿਤ ਕੇਸ ਦਰਜ ਕੀਤਾ ਅਤੇ ਦੋਸ਼ੀ ਨੂੰ ਅਰੈਸਟ ਕਰਕੇ ਕਾਰਵਾਈ ਕਰ ਰਹੇ ਹਾਂ। ਸਰ ਜਿਹੜੀਆਂ ਸਕੂਲ ਦੇ ਬੈਨਾਂ ਦੇ ਵਿੱਚ ਕਮੀਆਂ ਪੇਸ਼ੀਆਂ ਹੁੰਦੀਆਂ ਹੈਗੀਆਂ, ਉਸ ਨੂੰ ਲੈ ਕੇ ਕਿਸ ਤਰ੍ਹਾਂ ਦੀ ਜਿਹੜੀ ਹਦਾਇਤ ਹੈ? ਸਕੂਲਾਂ ਵਾਸਤੇ ਸਪੈਸ਼ਲ ਗਾਈਡਲਾਈਨਸ ਇੰਸਟਰਕਸ਼ਨ ਗੌਰਮੈਂਟ ਵੱਲੋਂ ਹੈਗੀਆਂ ਨੇਗੀਆਂ ਵੀ ਇਹਨਾਂ ਦੇ ਵਿੱਚ ਕੀ ਚੀਜ਼ਾਂ ਹੋਣੀਆਂ ਜ਼ਰੂਰੀ ਨੇ, ਅਤੇ ਉਹ ਵੀ ਅਸੀਂ ਵੈਰੀਫਾਈ ਕਰਾਂਗੇ ਵੀ ਇਹ ਜਿਹੜੀ ਸਕੂਲ ਵੈਨ ਸੀਗੀ ਇਹਦੇ ਵਿੱਚ ਇੰਸਟਰਕਸ਼ਨ ਨੂੰ ਫੋਲੋ ਕੀਤਾ ਜਾ ਰਿਹਾ ਸੀ ਜਾਂ ਨਹੀਂ, ਅਤੇ ਉਹਦੇ ਮੁਤਾਬਕ ਜੇ ਕੋਈ ਕਮੀ ਪਾਏਗੀ ਤਾਂ ਸਕੂਲ ਪ੍ਰਬੰਧਕਾਂ ਦੇ ਖਿਲਾਫ਼ ਵੀ ਜਾਂ ਜਿਹੜਾ ਵੀ ਜਾਂ ਡਰਾਈਵਰ ਦੇ ਖਿਲਾਫ਼ ਵੀ ਜੋ ਵੀ ਐਕਸ਼ਨ ਲੈਣਾ ਹੋਊਗਾ ਉਹ ਐਜ਼ ਪਰ ਰੂਲਸ ਐਜ਼ ਪਰ ਐਕਟ ਕਾਰਵਾਈ ਕੀਤੀ ਜਾਵੇਗੀ।